ਹਜ਼ਾਰਾਂ ਲੱਖਾਂ ਚੂਹਿਆਂ ਦੀ ਕੁਰਬਾਨੀ ਕਾਰਨ ਹੀ ਸਾਨੂੰ ਵਧੀਆ ਦਿਖਦੇ ਨੇ ਸਾਡੇ ਫੇਵਰੇਟ ਇਹ ਐਕਟਰ। ਕੀ ਤੁਹਾਨੂੰ ਪਤਾ ਹੈ ਕਿ ਪਲਾਸਟਿਕ ਸਰਜਰੀ ਦੇ ਵਿੱਚ ਵਰਤਿਆ ਜਾਣ ਵਾਲਾ ਕੈਮੀਕਲ ਬਟੋਕਸ ਸਭ ਤੋਂ ਪਹਿਲਾਂ ਇਹਨਾਂ ਚੂਹਿਆਂ ਦੇ ਉੱਪਰ ਹੀ ਵਰਤਿਆ ਜਾਂਦਾ ਹੈ। ਬਟੋਕਸ ਇੱਕ ਜ਼ਹਿਰ ਹੈ ਜਿਹੜਾ ਇਨਸਾਨਾਂ ਦੇ ਵਿੱਚ ਵਰਤਿਆ ਜਾਂਦਾ ਹੈ ਉਹਨਾਂ ਦੇ ਫੇਸ ਦੇ ਮਸਲ ਨੂੰ ਪੈਰਾਲਾਈਜ਼ ਕਰਨ ਦੇ ਲਈ, ਤਾਂ ਕਿ ਉਹਨਾਂ ਦੇ ਚਿਹਰੇ ਦੇ ਉੱਪਰ ਬੁਢਾਪਾ ਨਾ ਦਿਸੇ। ਬਟੋਕਸ ਕੈਮੀਕਲ ਨੂੰ ਸਭ ਤੋਂ ਪਹਿਲਾਂ ਚੂਹਿਆਂ ਦੇ ਉੱਪਰ ਵਰਤਿਆ ਜਾਂਦਾ ਹੈ ਤੇ ਪਤਾ ਹੀ ਨਹੀਂ ਕਿੰਨੇ ਚੂਹੇ ਹਰ ਸਾਲ ਇਸ ਦੇ ਕਾਰਨ ਮਰ ਜਾਂਦੇ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਐਕਟਰ ਜਾਂ ਐਕਟਰਸ ਦੀ ਜਿਨ੍ਹਾਂ ਦੇ ਉੱਪਰ ਇਹ ਚੂਹਿਆਂ ਵਾਲੇ ਕੈਮੀਕਲ ਦੀ ਮਿਹਰਬਾਨੀ ਹੈ ਜਿਸ ਦੇ ਨਾਲ ਹੀ ਉਹ ਇੰਨੇ ਜ਼ਿਆਦਾ ਸੋਹਣੇ ਸਾਨੂੰ ਦਿਸਦੇ ਨੇ। ਜਦੋਂ ਹੀ ਪਲਾਸਟਿਕ ਸਰਜਰੀ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਫੀਮੇਲ ਐਕਟਰਸ ਦੇ ਨਾਮ ਹੀ ਸਾਹਮਣੇ ਆਉਂਦੇ ਨੇ, ਪਰ ਪਲਾਸਟਿਕ ਸਰਜਰੀ ਕਰਵਾਉਣ ਦੇ ਵਿੱਚ ਬਾਲੀਵੁੱਡ ਦੇ ਮੇਲ ਐਕਟਰ ਵੀ ਪਿੱਛੇ ਨਹੀਂ। ਬਾਲੀਵੁੱਡ ਦੇ ਬਹੁਤ ਜ਼ਿਆਦਾ ਫੇਮਸ ਐਕਟਰਾਂ ਨੇ ਪਲਾਸਟਿਕ ਸਰਜਰੀ ਦਾ ਸਹਾਰਾ ਲਿਆ ਹੈ, ਜਿਨ੍ਹਾਂ ਦੇ ਵਿੱਚ ਤਿੰਨੇ ਖਾਨ ਨੇ, ਸ਼ਾਹਿਦ ਕਪੂਰ ਹੈ ਤੇ ਕਪਿਲ ਸ਼ਰਮਾ ਵੀ ਸ਼ਾਮਲ ਹੈ। ਇਸ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਸਲਮਾਨ ਖਾਨ, ਜਿਹੜਾ ਵਿਵੇਕ ਓਬਰਾਏ ਤੋਂ ਲੈ ਕੇ ਪਤਾ ਹੀ ਨਹੀਂ ਹੋਰ ਕਿੰਨੇ ਐਕਟਰਸ ਦੇ ਕੈਰੀਅਰ ਖਾ ਗਿਆ। ਸਲਮਾਨ ਖਾਨ ਨੂੰ ਗੱਡੀ ਚਲਾਉਂਦਾ ਦੇਖ ਕੇ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਨੇ ਤੇ ਸਲਮਾਨ ਖਾਨ ਨੂੰ ਜੰਗਲ ਦੇ ਵਿੱਚ ਦੇਖ ਕੇ ਹਿਰਨ ਅੰਡਰਗਰਾਊਂਡ ਹੋ ਜਾਂਦੇ ਨੇ। ਪਰ ਦੋ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਸਲਮਾਨ ਖਾਨ ਵੀ ਬਹੁਤ ਜ਼ਿਆਦਾ ਡਰਦਾ ਹੈ, ਉਹਨਾਂ ਦੇ ਵਿੱਚੋਂ ਪਹਿਲੀ ਚੀਜ਼ ਹੈ ਗੰਜਾਪਣ ਅਤੇ ਦੂਜੀ ਚੀਜ਼ ਹੈ ਬੁਢਾਪਾ। ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਲਮਾਨ ਖਾਨ ਨੇ ਆਪਣਾ ਹੇਅਰ ਟ੍ਰਾਂਸਪਲਾਂਟ ਕਰਾਇਆ ਹੈ, ਇਸ ਕਰਕੇ ਸਲਮਾਨ ਖਾਨ ਨੇ ਵੀ ਡਾਕਟਰਾਂ ਦਾ ਸਹਾਰਾ ਲਿਆ ਹੈ। ਇਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਸਲਮਾਨ ਖਾਨ ਨੇ ਆਪਣੇ ਹੇਅਰ ਟ੍ਰਾਂਸਪਲਾਂਟ ਕਰਾਇਆ ਹੈ, ਪਰ ਇਹ ਗੱਲ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਇਹ ਇੱਕ ਵਾਰ ਨਹੀਂ ਬਲਕਿ 3 ਵਾਰ ਇਸ ਤਰ੍ਹਾਂ ਦੀਆਂ ਸਰਜਰੀਆਂ ਕਰਵਾਈਆਂ ਨੇ। ਤੀਸਰੀ ਵਾਰ ਜਦੋਂ ਸਲਮਾਨ ਖਾਨ ਨੇ ਆਪਣਾ ਹੇਅਰ ਟ੍ਰਾਂਸਪਲਾਂਟ ਕਰਾਇਆ ਸੀ ਤਾਂ ਉਹ ਉਦੋਂ ਡਾਕਟਰਾਂ ਦੇ ਕੋਲ ਨਹੀਂ ਗਏ ਸੀ, ਬਲਕਿ ਡਾਕਟਰਾਂ ਦੀ ਟੀਮ ਹੀ ਸਲਮਾਨ ਖਾਨ ਦੇ ਕੋਲ ਘਰੇ ਆਈ ਸੀ। ਇਹ ਡਾਕਟਰਾਂ ਦੀ ਟੀਮ ਦੁਬਈ ਤੋਂ ਆਈ ਸੀ ਅਤੇ ਸਲਮਾਨ ਖਾਨ ਦੇ ਪਨਵੇਲ ਵਾਲੇ ਫਾਰਮ ਹਾਊਸ ਦੇ ਉੱਪਰ ਗਈ ਸੀ। ਹੋਰ ਤਾਂ ਹੋਰ ਸਲਮਾਨ ਖਾਨ ਨੇ ਕਾਸਮੈਟਿਕ ਸਰਜਰੀ ਦਾ ਵੀ ਸਹਾਰਾ ਲਿਆ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸਲਮਾਨ ਖਾਨ ਨੇ ਵੀ ਜਵਾਨ ਦਿਖਣ ਦੇ ਲਈ ਬਟੋਕਸ ਦੇ ਇੰਜੈਕਸ਼ਨ ਲਗਵਾਏ ਨੇ। ਇਹਨਾਂ ਰਿਪੋਰਟਸ ਦੇ ਮੁਤਾਬਕ ਸਲਮਾਨ ਖਾਨ ਨੇ ਆਪਣੇ ਜਵਾੜੇ ਦੀ ਵੀ ਸਰਜਰੀ ਕਰਵਾਈ ਹੈ। ਨੰਬਰ 2 ਦੇ ਉੱਪਰ ਨੇ ਸ਼ਾਹਿਦ ਕਪੂਰ। ਸਨ 2001 ਦੇ ਵਿੱਚ ਡੈਬਿਊ ਕਰਨ ਵਾਲੇ ਸ਼ਾਹਿਦ ਕਪੂਰ ਆਡੀਅੰਸ ਦੇ ਨਾਲ ਨਾਲ ਕਰੀਨਾ ਕਪੂਰ ਦੇ ਵੀ ਫੇਵਰੇਟ ਬਣ ਗਏ ਸਨ। ਸ਼ਾਹਿਦ ਕਪੂਰ ਦੀ ਉਸ ਸਮੇਂ ਇਨੋਸੈਂਟ ਤੇ ਕਿਊਟ ਲੁੱਕ ਸਾਰਿਆਂ ਨੂੰ ਪਸੰਦ ਆਈ ਸੀ, ਪਰ ਸ਼ਾਹਿਦ ਕਪੂਰ ਨੇ ਸ਼ਾਇਦ ਆਪਣੇ ਆਪ ਨੂੰ ਇੰਨਾ ਜ਼ਿਆਦਾ ਪਸੰਦ ਨਹੀਂ ਕੀਤਾ, ਇਸ ਕਰਕੇ ਉਹਨਾਂ ਨੇ ਵੀ ਡਾਕਟਰਾਂ ਦਾ ਸਹਾਰਾ ਲਿਆ ਆਪਣੀ ਲੁੱਕ ਨੂੰ ਚੇਂਜ ਕਰਨ ਲਈ। ਇੱਕ ਟਾਈਮ ਤੇ ਬਾਲੀਵੁੱਡ ਦੇ ਚੌਕਲੇਟ ਹੀਰੋ ਸ਼ਾਹਿਦ ਕਪੂਰ ਆਪਣੀ ਮੂਵੀ ਇਸ਼ਕ ਵਿਸ਼ਕ ਦੇ ਟਾਈਮ ਤੇ ਕੁਝ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ ਤੇ ਫਿਰ ਆਪਣੀਆਂ ਬਾਅਦ ਦੀਆਂ ਮੂਵੀਆਂ ਦੇ ਵਿੱਚ ਉਹ ਕੁਝ ਇਸ ਤਰ੍ਹਾਂ ਦੇ ਦਿਖਾਈ ਦੇਣ ਲੱਗੇ। ਧਿਆਨ ਨਾਲ ਦੇਖੋ ਤੁਸੀਂ ਇੱਥੇ ਸ਼ਾਹਿਦ ਕਪੂਰ ਦੇ ਨੱਕ ਨੂੰ, ਇਹਨਾਂ ਨੇ ਆਪਣੇ ਨੱਕ ਨੂੰ ਪਲਾਸਟਿਕ ਸਰਜਰੀ ਦੇ ਨਾਲ ਚੇਂਜ ਕਰਵਾਇਆ ਹੈ। ਸ਼ਾਹਿਦ ਕਪੂਰ ਨੇ ਆਪਣੀ ਇਹ ਫੋਟੋ ਫਟਾ ਪੋਸਟਰ ਨਿਕਲਾ ਹੀਰੋ ਫਿਲਮ ਤੋਂ ਪਹਿਲਾਂ ਕਰਵਾਈ ਸੀ ਤੇ ਲੋਕਾਂ ਦੀ ਨਜ਼ਰ ਤੋਂ ਬਚਣ ਦੇ ਲਈ ਸ਼ਾਹਿਦ ਕਪੂਰ ਕਾਫੀ ਸਮਾਂ ਮੀਡੀਆ ਦੇ ਸਾਹਮਣੇ ਵੀ ਨਹੀਂ ਆਏ ਸਨ। ਨੰਬਰ 3 ਤੇ ਆਉਂਦੇ ਨੇ ਜੀ ਸੈਫ ਅਲੀ ਖਾਨ। ਵੈਸੇ ਤਾਂ ਸਾਰਾ ਅਲੀ ਖਾਨ ਦੇ ਪਾਪਾ ਦੇਖਣ ਦੇ ਵਿੱਚ ਕਾਫੀ ਜ਼ਿਆਦਾ ਹੈਂਡਸਮ ਨੇ, ਪਰ ਇੱਕ ਟਾਈਮ ਤੇ ਸੈਫ ਅਲੀ ਖਾਨ ਨੂੰ ਵੀ ਲੱਗਿਆ ਸੀ ਕਿ ਉਹਨਾਂ ਨੂੰ ਵੀ ਡਾਕਟਰੀ ਸਹਾਰੇ ਦੀ ਜ਼ਰੂਰਤ ਹੈ ਤੇ ਸੈਫ ਅਲੀ ਖਾਨ ਨੇ ਵੀ ਬਟੋਕਸ ਦੇ ਇੰਜੈਕਸ਼ਨ ਲਏ ਜਿਸ ਦੇ ਕਾਰਨ ਉਹਨਾਂ ਦੇ ਚਿਹਰੇ ਦੇ ਉੱਪਰ ਜਿਹੜੇ ਰੈਂਕਲ ਆਉਂਦੇ ਸਨ ਉਹ ਨਾ ਆਉਣ ਤੇ ਸੈਫ ਅਲੀ ਖਾਨ ਨੇ ਪਲਾਸਟਿਕ ਸਰਜਰੀ ਦੇ ਜ਼ਰੀਏ ਆਪਣੇ ਜਾ ਲੈਣ ਦੀ ਸ਼ੇਪ ਵੀ ਬਣਾਈ ਸੀ। ਨੰਬਰ 4 ਤੇ ਆਉਂਦੇ ਨੇ ਜੀ ਅੱਲੂ ਅਰਜਨ। ਪੁਸ਼ਪਾ ਫਿਲਮ ਵਾਲਾ ਅੱਲੂ ਅਰਜਨ ਦੀ ਜਦੋਂ ਪਹਿਲੀ ਫਿਲਮ ਆਈ ਸੀ ਤਾਂ ਇਹ ਉਸ ਤੋਂ ਬਾਅਦ ਕਾਫੀ ਜ਼ਿਆਦਾ ਉਦਾਸ ਹੋ ਗਿਆ ਸੀ, ਕਿਉਂਕਿ ਅੱਲੂ ਅਰਜਨ ਦੀ ਪਹਿਲੀ ਫਿਲਮ ਤੇ ਅੱਲੂ ਅਰਜਨ ਦੀ ਲੁੱਕ ਨੂੰ ਹੀ ਦਰਸ਼ਕਾਂ ਨੇ ਨਕਾਰ ਦਿੱਤਾ ਸੀ ਤੇ ਸਾਊਥ ਦੇ ਫੇਮਸ ਐਕਟਰ ਅੱਲੂ ਅਰਜਨ ਨੇ ਵੀ ਇਸ ਤੋਂ ਬਾਅਦ ਫਿਰ ਪਲਾਸਟਿਕ ਸਰਜਰੀ ਦਾ ਸਹਾਰਾ ਲਿਆ। ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਉਹਨਾਂ ਦੀ ਪਹਿਲੀ ਫਿਲਮ ਗੰਗੋਤਰੀ ਦਾ ਹੀ ਇਹ ਸੀਨ ਤੁਸੀਂ ਦੇਖ ਲਓ। ਅੱਲੂ ਅਰਜਨ ਆਪਣੀ ਪਹਿਲੀ ਫਿਲਮ ਦੇ ਸਮੇਂ ਕੁਝ ਇਸ ਤਰ੍ਹਾਂ ਦੇ ਦਿਖਦੇ ਸਨ ਤੇ ਅੱਜ ਦੇ ਸਮੇਂ ਉਹ ਕੁਝ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਨੇ ਤੇ ਪਲਾਸਟਿਕ ਸਰਜਰੀ ਨਾਲ ਅੱਲੂ ਅਰਜਨ ਨੇ ਆਪਣਾ ਚਿਹਰਾ ਹੀ ਨਹੀਂ ਬਲਕਿ ਆਪਣੀ ਕਿਸਮਤ ਵੀ ਬਦਲ ਲਈ।
ਇਸ ਤੋਂ ਬਾਅਦ ਆਉਂਦੇ ਨੇ ਜੀ ਕਪਿਲ ਸ਼ਰਮਾ। ਜਦੋਂ ਗੱਲ ਪੈਸਿਆਂ ਦੀ ਚੱਲ ਰਹੀ ਹੋਵੇ ਤਾਂ ਇੰਡੀਆ ਦੇ ਹਾਈਐਸਟ ਪੇਡ ਕਮੇਡੀਅਨ ਦੀ ਗੱਲ ਨਾ ਹੋਵੇ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਕਪਿਲ ਸ਼ਰਮਾ ਜਦੋਂ ਪੰਜਾਬ ਤੋਂ ਮੁੰਬਈ ਗਿਆ ਸੀ ਤਾਂ ਉਹ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ। ਦੀ ਗ੍ਰੇਟ ਇੰਡੀਅਨ ਲਾਫਟਰ ਸ਼ੋਅ ਦੇ ਵਿੱਚ ਕਪਿਲ ਸ਼ਰਮਾ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ, ਪਰ ਜਿਵੇਂ ਜਿਵੇਂ ਕਪਿਲ ਦੇ ਕੋਲ ਬੈਂਕ ਬੈਲੈਂਸ ਵੱਧਦਾ ਗਿਆ ਉਸ ਤਰ੍ਹਾਂ ਹੀ ਉਸ ਦੀ ਲੁੱਕ ਵੀ ਦਿਨ ਬ ਦਿਨ ਚੇਂਜ ਹੁੰਦੀ ਗਈ। ਇੱਕ ਟਾਈਮ ਤੇ ਕਪਿਲ ਸ਼ਰਮਾ ਦੇ ਸਿਰ ਦੇ ਉੱਪਰ ਵੀ ਇੰਨੇ ਘੱਟ ਵਾਲ ਸੀ ਕਿ ਉਹ ਆਸਾਨੀ ਦੇ ਨਾਲ ਗਿਣੇ ਜਾ ਸਕਦੇ ਸੀ, ਪਰ ਅੱਜ ਦੇ ਸਮੇਂ ਤੁਸੀਂ ਆਪ ਹੀ ਕਪਿਲ ਸ਼ਰਮਾ ਨੂੰ ਦੇਖ ਲਓ। ਇਹ ਸਾਰਾ ਹੇਅਰ ਟ੍ਰਾਂਸਪਲਾਂਟ ਦਾ ਕਮਾਲ ਹੈ। ਕੁਝ ਲੋਕਾਂ ਦੀ ਮੰਨੀਏ ਤਾਂ ਕਪਿਲ ਸਿੰਥੈਟਿਕ ਹੇਅਰ ਯੂਜ਼ ਕਰਦੇ ਨੇ, ਜਿਸ ਦੇ ਕਰਕੇ ਉਹਨਾਂ ਨੂੰ ਵਾਰ ਵਾਰ ਡਾਕਟਰਾਂ ਦੇ ਕੋਲ ਵੀ ਜਾਣਾ ਪੈਂਦਾ ਹੈ। ਇਸ ਤੋਂ ਬਾਅਦ ਆਉਂਦੇ ਨੇ ਜੀ ਰਾਜਕੁਮਾਰ ਰਾਓ। ਵੈਸੇ ਤਾਂ ਰਾਜਕੁਮਾਰ ਰਾਓ ਨੂੰ ਕੋਈ ਜ਼ਿਆਦਾ ਪਲਾਸਟਿਕ ਸਰਜਰੀ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਬਹੁਤ ਕਮਾਲ ਦੇ ਐਕਟਰ ਨੇ, ਪਰ ਰਾਜਕੁਮਾਰ ਰਾਓ ਦੀ ਇਹ ਫੋਟੋ ਨੂੰ ਦੇਖ ਕੇ ਤੁਹਾਨੂੰ ਵੀ ਪਤਾ ਲੱਗ ਜਾਏਗਾ ਕਿ ਇਹਨਾਂ ਨੇ ਵੀ ਕੋਸਮੈਟਿਕ ਸਰਜਰੀ ਦਾ ਸਹਾਰਾ ਲਿਆ ਹੈ। ਹਾਲਾਂਕਿ ਰਾਜਕੁਮਾਰ ਰਾਓ ਨੇ ਇੱਕ ਇੰਟਰਵਿਊ ਦੇ ਵਿੱਚ ਆਪ ਵੀ ਕਿਹਾ ਹੈ ਕਿ ਉਸਨੇ 7 ਤੋਂ 8 ਸਾਲ ਪਹਿਲਾਂ ਇਸ ਚੀਜ਼ ਦਾ ਸਹਾਰਾ ਲਿਆ ਸੀਗਾ ਕੋਸਮੈਟਿਕ ਸਰਜਰੀ ਦਾ। ਇਸ ਤੋਂ ਬਾਅਦ ਅਗਲਾ ਨੰਬਰ ਹੈ ਜੀ ਸ਼ਾਹਰੁਖ ਖਾਨ ਦਾ। ਸਲਮਾਨ ਖਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਵੀ ਪੈ ਗਈ ਸੀ ਬਿਟੋਕਸ ਦੀ ਜ਼ਰੂਰਤ, ਤੇ ਸ਼ਾਹਰੁਖ ਖਾਨ ਨੇ ਵੀ ਸਲਮਾਨ ਖਾਨ ਦੀ ਤਰ੍ਹਾਂ ਜਿਹੜਾ ਆਪਣਾ ਟ੍ਰੀਟਮੈਂਟ ਹੈ ਉਹ ਸਾਰੇ ਦਾ ਸਾਰਾ ਦੁਬਈ ਤੋਂ ਕਰਵਾਇਆ ਹੈ। ਬਾਲੀਵੁੱਡ ਦੇ ਕਿੰਗ ਖਾਨ ਕੁਝ ਸਾਲ ਪਹਿਲਾਂ ਤੱਕ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਸੀ, ਪਰ ਜਵਾਨ ਫਿਲਮ ਵੇਲੇ ਉਹ ਕੁਝ ਇਸ ਤਰ੍ਹਾਂ ਦੇ ਦਿਖਾਈ ਦਿੱਤੇ। ਇਸ ਤੋਂ ਬਾਅਦ ਆਉਂਦੇ ਨੇ ਜੀ ਕਰਨ ਜੌਹਰ। ਆਪਣੇ ਸ਼ੋਅ ਕੌਫੀ ਵਿਦ ਕਰਨ ਦੇ ਵਿੱਚ ਪਲਾਸਟਿਕ ਸਰਜਰੀ ਦਾ ਮਜ਼ਾਕ ਉਡਾਉਣ ਵਾਲੇ ਕਰਨ ਜੌਹਰ ਨੇ ਵੀ ਬਿਟੋਕਸ ਦੇ ਇੰਜੈਕਸ਼ਨਾਂ ਦਾ ਸਹਾਰਾ ਲਿਆ ਹੈ, ਤੇ ਕਰਨ ਜੌਹਰ ਨੇ ਖੁਦ ਇਹ ਗੱਲ ਮੰਨੀ ਵੀ ਹੈ ਕਿ ਉਸਨੇ ਬਿਟੋਕਸ ਦੇ ਇੰਜੈਕਸ਼ਨ ਲਗਵਾਏ ਨੇ। ਕਰਨ ਜੌਹਰ ਨੇ ਕਿਹਾ ਕਿ ਉਸਨੇ ਆਪਣੀ ਨੱਕ ਅਤੇ ਆਪਣੀ ਜੁਆਏ ਲਾਈਨ ਦੀ ਸਰਜਰੀ ਕਰਵਾਈ ਹੈ, ਪਲਾਸਟਿਕ ਸਰਜਰੀ ਕਰਵਾਈ ਹੈ। ਸਾਨੂੰ ਇੱਥੇ ਕੋਈ ਵੀ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਇਹ ਸਟਾਰ ਆਪਣੀ ਪਲਾਸਟਿਕ ਸਰਜਰੀ ਕਰਵਾਉਂਦੇ ਨੇ, ਪਰ ਦਿੱਕਤ ਇਸ ਗੱਲ ਦੀ ਹੈ ਕਿ ਇਹ ਲੋਕਾਂ ਨੂੰ ਝੂਠ ਬੋਲਦੇ ਨੇ ਕਿ ਉਹਨਾਂ ਨੇ ਨਹੀਂ ਕਰਵਾਈ, ਉਹ ਕੁਦਰਤੀ ਹੀ ਇੰਨੇ ਸੋਹਣੇ ਨੇ ਜਾਂ ਉਹ ਖੁਦ ਆਪਣੇ ਆਪ ਨੂੰ ਇੰਨਾ ਜ਼ਿਆਦਾ ਫਿੱਟ ਰੱਖਦੇ ਨੇ ਜਿਸ ਕਰਕੇ ਉਹ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਨੇ। ਇਸ ਤੋਂ ਬਾਅਦ ਆਉਂਦੇ ਨੇ ਜੀ ਅਮੀਰ ਖਾਨ। ਬਾਲੀਵੁੱਡ ਦੇ ਮਿਸਟਰ ਪਰਫੈਕਟ ਨੇ ਵੀ ਬਿਟੋਕਸ ਦਾ ਸਹਾਰਾ ਲਿਆ ਹੈ ਜੀ, ਜਾਂ ਕਹੀਏ ਪਲਾਸਟਿਕ ਸਰਜਰੀ ਦਾ ਸਹਾਰਾ ਲਿਆ ਹੈ ਆਪਣੇ ਆਪ ਨੂੰ ਸੋਹਣਾ ਦਿਖਾਉਣ ਦੇ ਲਈ। ਅਮੀਰ ਖਾਨ ਨੇ ਇੰਨੇ ਜ਼ਿਆਦਾ ਪਰਫੈਕਟ ਤਰੀਕੇ ਦੇ ਨਾਲ ਇਹ ਬਿਟੋਕਸ ਦਾ ਸਹਾਰਾ ਲਿਆ ਹੈ ਕਿ ਇਸ ਦੇ ਬਾਰੇ ਉਹਨਾਂ ਨੇ ਕਿਸੇ ਨੂੰ ਪਤਾ ਤੱਕ ਵੀ ਨਹੀਂ ਲੱਗਣ ਦਿੱਤਾ। ਜਿੱਥੇ ਆਮ ਇਨਸਾਨ 60 ਸਾਲ ਦੀ ਉਮਰ ਵਿੱਚ ਆਉਂਦਿਆਂ ਆਉਂਦਿਆਂ ਬਹੁਤ ਜ਼ਿਆਦਾ ਬੁੱਢਾ ਦਿਖਾਈ ਦੇਣ ਲੱਗ ਜਾਂਦਾ ਹੈ, ਉੱਥੇ ਅਮੀਰ ਖਾਨ ਅੱਜ ਵੀ 35 ਸਾਲਾਂ ਦੇ ਲੱਗਦੇ ਨੇ। ਬਹੁਤ ਸਾਰੇ ਆਰਟੀਕਲ ਦੱਸਦੇ ਨੇ ਕਿ ਅਮੀਰ ਖਾਨ ਨੇ ਵੀ ਬਿਟੋਕਸ ਦੇ ਜ਼ਰੀਏ ਆਪਣੀ ਪਲਾਸਟਿਕ ਸਰਜਰੀਆਂ ਕਰਵਾਈਆਂ ਨੇ। ਅਮੀਰ ਖਾਨ ਨੇ ਬਿਟੋਕਸ ਦੇ ਇੰਜੈਕਸ਼ਨ ਲਗਵਾਏ ਨੇ ਆਪਣੇ ਚਿਹਰੇ ਦੀਆਂ ਝੁਰੜੀਆਂ ਨੂੰ ਲੁਕਾਉਣ ਦੇ ਲਈ। ਇਹ ਸਨ ਜੀ ਉਹ ਬਾਲੀਵੁੱਡ ਦੇ ਮੇਲ ਹੀਰੋ ਜਿਨ੍ਹਾਂ ਨੇ ਪਲਾਸਟਿਕ ਸਰਜਰੀਆਂ ਕਰਵਾਈਆਂ ਨੇ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।